ਜੀ ਤੁਸੀਂ ਇੱਕ ਸ਼ਬਦ ਜੋ ਪ੍ਰਚਲਿਤ ਅਸੀਂ ਇੱਕ ਸ਼ਬਦ ਸੁਣਿਆ ਸੀ ਜਿਨ੍ਹਾਂ ਹਿਰਦੇ ਨਾਮ ਨਾ ਬਸਿਓ ਤੇ ਮਾਤ ਕੀਜੇ ਹਰ ਪਾਂਚਾ ਹਾਂਜੀ ਤੇ ਇਸ ਦਾ ਮੀਨਿੰਗ ਜੋ ਸਾਨੂੰ ਪਤਾ ਚੱਲਿਆ ਸੀ ਪਹਿਲਾਂ ਜਾਂ ਅਸੀਂ ਬਹੁਤ ਸਾਨੂੰ ਤੋਂ ਸੁਣਦੇ ਆ ਰਹੇ ਹਾਂ ਕਿ ਜੇ ਤੁਹਾਡੇ ਹਿਰਦੇ ਰੱਬ ਨਹੀਂ ਵਸਦਿਆ ਜਾਂ ਤੁਸੀਂ ਸਪਿਰਿਚੁਅਲ ਪਾਥ ਤੇ ਨਹੀਂ ਹੋ ਤੇ ਤੁਹਾਡੀ ਮਦਰ ਨੂੰ ਪਾਂਚ ਕਰ ਦਿੱਤਾ ਜਾਂਦਾ ਲਾਈਕ ਦੈਟ ਡਸ ਇਟ ਮੀਨ ਦਿਸ ਸਾਨੂੰ ਇੱਕ ਨੋਸ਼ਨ ਸੀ ਬਟ ਅਸੀਂ ਤੁਹਾਡੇ ਮੀਨਿੰਗ ਸੁਣੇ ਸਨ ਤੁਸੀਂ ਉਹੀ ਮੀਨਿੰਗਸ ਨੂੰ ਰੀਐਮਫਸਾਈਜ਼ ਕਰਕੇ ਸਾਨੂੰ ਫਿਰ ਤੋਂ ਐਕਸਪਲੇਨ ਕਰ ਸਕਦੇ ਹੋ ਇਸ ਬਾਣੀ ਦੀ ਤੁਕ ਦਾ ਮਤਲਬ ਕੀ ਐਗਜ਼ੈਕਟ ਜੋ ਅਸੀਂ ਪਹਿਲੇ ਕੀਤੇ ਸੀ ਉਹ ਤੁਸੀਂ ਸੁਣੇ ਹੋਏ ਨੇ? ਹਾਂਜੀ ਅੱਛਾ, ਡਸ ਇਟ ਮੇਕ ਸੈਂਸ ਟੂ ਯੂ? ਯੈਸ ਦੇਖੋ ਜੀ, ਉਹਨੂੰ ਇਹ ਆਮ ਤੌਰ ਤੇ ਮਤਲਬ ਹਮੇਸ਼ਾ ਬਲੇਮ ਜਿਸ ਤਰ੍ਹਾਂ ਮੈਨੂੰ ਕਰ ਦਿੱਤਾ ਜਾਂਦਾ ਸੀ ਜਾਂ ਕਰ ਦਿੱਤਾ ਜਾਂਦਾ ਹੈ ਅੱਜ ਤੱਕ ਵੀ, ਉਹ ਹੀ ਹੋਇਆ ਕਿ ਕੋਈ ਵੀ ਦੁਨੀਆ ਦਾ ਬੰਦਾ ਕੋਈ ਗਲਤੀ ਕਰੇ ਉਹਦੀ ਮਾਂ ਨੂੰ ਬਲੇਮ ਬਣਾ ਦੇ, ਉਹ ਉਸ ਹਿਸਾਬ ਨਾਲ ਇੰਪੋਜ਼ਡ ਮੀਨਿੰਗਸ ਹੈ ਨਾ। ਪਰ ਕੋਈ ਵੀ ਮਨੁੱਖ ਜਿਹੜਾ ਗਲਤੀ ਕਰ ਰਿਹਾ ਉਹਦੀ ਮਾਂ ਨੂੰ ਹੁਣ ਬਾਂਝ ਕਰਨ ਦਾ ਤੇ ਫਾਇਦਾ ਨਹੀਂ, ਉਹ ਤੇ ਬਰਥ ਲੈ ਚੁੱਕਾ ਹੈ। ਰਾਈਟ, ਠੀਕ ਹੈ ਨਾ। ਇਹਦਾ ਮਤਲਬ ਬਾਣੀ ਜੋ ਜਦੋਂ ਅਸੀਂ ਪੜਾਂਗੇ ਮਾਤਾ ਮਾਤ ਪਿਤਾ ਸੰਤੋਖ, ਇਸ ਤਰੀਕੇ ਨਾਲ ਹੋਰ ਬਾਣੀ ਦੇ ਰੈਫਰੈਂਸ ਮਿਲਣਗੇ, ਤਾਂ ਮਾਤਾ ਔਰ ਮਤ ਦਾ ਮਤਲਬ ਹੈ ਹਰ ਕਿਸੇ ਦੀ ਆਪਣੀ ਮਤ, ਜਿਹਨੂੰ ਘਰ ਕੀ ਨਾਰ ਕਹਿੰਦੇ, ਮਾਤਾ ਕਹਿੰਦੇ। ਸੋ ਜਿਨ ਹਰ ਹਿਰਦੇ ਨਾਮ ਨਾ ਬਸਿਓ, ਜਿਸਨੇ ਸੱਚ ਨਹੀਂ ਲਿਆ, ਸੱਚ ਦੀ ਪ੍ਰੈਕਟਿਸ ਨਹੀਂ ਕੀਤੀ, ਤਿਨ ਮਾਤ ਕੀ ਜੈ ਹਰ ਬਾਂਝਾ, ਉਹਦੀ ਇਹ ਮਤ ਬਾਂਝ ਹੋ ਜਾਂਦੀ ਹੈ ਕਿ ਉਹ ਚੰਗੇ ਗੁਣ ਸੁਣਨਾ ਨਹੀਂ ਚਾਹੁੰਦਾ, ਜੇ ਸੁਣ ਲਵੇ ਤਾਂ ਪ੍ਰੈਕਟਿਸ ਨਹੀਂ ਕਰਦਾ, ਤਾਂ ਬਾਂਝ ਹੀ ਹੈ ਨਾ। ਜਿਵੇਂ ਮਤ ਕਿਸੇ ਦਾ ਬੇਬੀ ਕਨਸੀਵ ਨਹੀਂ ਹੁੰਦਾ, ਜੇ ਕਨਸੀਵ ਹੋਵੇ ਤਾਂ ਮਿਸਕੈਰੇਜ ਹੋ ਜਾਂਦਾ, ਇਹ ਚੰਗਾ ਗੁਣ ਉਹ ਸੁਣਨਾ ਪਸੰਦ ਨਹੀਂ ਕਰਦਾ ਸਾਡੇ ਚੋਂ, ਜਿਹਨੂੰ ਚੰਗਾ ਗੁਣ ਸੁਣਨਾ ਪਸੰਦ ਨਹੀਂ ਆ ਰਿਹਾ, ਇਹਦਾ ਮਤਲਬ ਉਹਦੀ ਮਤ ਬਾਂਝ ਹੈ ਨਾ। ਉਹਨੂੰ ਤੁਸੀਂ ਕੀ ਕਹਿੰਦੇ ਹੋ, ਇਨਫਰਟੀਲਿਟੀ? ਯੈਸ, ਉਹਦੀ ਇਹ ਵਾਲੀ ਮਤ ਬਾਂਝ ਹੋ ਗਈ ਹੈ, ਉਹਦੇ ਵੁੰਬ ਦੇ ਅੰਦਰ, ਥਾਟ ਪ੍ਰੋਸੈਸ ਦੇ ਵੁੰਬ ਦੇ ਅੰਦਰ ਕੰਸੀਵ ਨਹੀਂ ਹੁੰਦਾ ਚੰਗਾ ਗੁਣ। ਪਰ ਜੇ ਸੁਣਿਆ ਹੈ ਔਰ ਸੁਣਨ ਤੋਂ ਬਾਅਦ ਉਹਦੀ ਪ੍ਰੈਕਟਿਸ ਨਹੀਂ ਕਰਦਾ ਤਾਂ ਮਾਨੋ ਮਿਸਕੈਰੇਜ ਹੋ ਗਿਆ, ਠੀਕ ਹੈ। ਸੋ ਹਰ ਕਿਸੇ ਦੀ ਮਤ ਬਾਂਝ ਹੋ ਜਾਂਦੀ ਹੈ ਰਿਗਾਰਡਲੈਸ ਉਹਦਾ ਜੈਂਡਰ ਕੀ ਹੈ। ਓਕੇ, ਇਸ ਤਰੀਕੇ ਨਾਲ ਉਹਦੇ ਕੀਤੇ ਸੀ। ਵੈਸੇ ਤਾਂ ਪੂਰਾ ਸ਼ਬਦ ਅਸੀਂ ਰਹਾਉ ਤੋਂ ਲੈਂਦੇ ਹਾਂ ਨਾ, ਮੇਰੇ ਮਨ ਜਪ ਰਾਮ ਨਾਮ ਹਰ ਮਾਂਝਾ, ਤਾਂ ਮੇਰੇ ਮਨ ਦੀ ਗੱਲ ਚੱਲਦੀ ਹੈ। ਜਦੋਂ ਰਹਾਉ ਤੋਂ ਸਮਝਾਂਗੇ ਤਾਂ ਉਸ ਪੰਕਤੀ ਦੇ ਅਰਥ ਉਸ ਤਰ੍ਹਾਂ ਨਿਕਲ ਆਉਣਗੇ। ਸੋ ਮੇਰੇ ਮੀਨਿੰਗ ਨਹੀਂ ਨੇ, ਉਹ ਬਾਣੀ ਸੈਲਫ ਐਕਸਪਲੇਨੇਟਰੀ ਹੈ ਰਹਾਉ ਤੋਂ ਸਮਝ। ਤੇ ਦੂਜੇ ਦਿਨ ਹਾਊ ਸ਼ੁਡ ਅ ਮਦਰ ਕਨਸੀਵ ਅ ਸਪਿਰਚੁਅਲ ਬੇਬੀ, ਹਾਊ ਕੈਨ ਅ ਮਦਰ ਕਨਸੀਵ ਅ ਸਪਿਰਚੁਅਲ ਬੇਬੀ? ਦੇਖੋ ਜੇ ਤਾਂ ਤੁਸੀਂ ਬਾਇਓਲੋਜੀਕਲ ਫਿਜ਼ੀਕਲ ਲੈਵਲ ਤੇ ਬਾਇਓਲੋਜੀਕਲੀ ਇੱਕ ਵਿਮੈਨ ਦੀ ਗੱਲ ਕਰ ਲਓ, ਰਾਈਟ, ਪਹਿਲਾਂ ਉਸ ਤੋਂ ਪਹਿਲਾਂ ਅਸੀਂ ਗੁਰਬਾਣੀ ਦਾ ਪੱਖ ਲੈ ਲਈਏ, ਹਰ ਕਿਸੇ ਦੀ ਇਹ ਮਤ ਉਹਦੀ ਬਾਂਝ ਦੇ ਬਦਲੇ ਚੰਗੇ ਗੁਣ ਕੰਸੀਵ ਕਰੇਗੀ, ਰਾਈਟ। ਇਹਦਾ ਮਤਲਬ ਹਰ ਕਿਸੇ ਉਹ ਕੌਣ ਕਿਹੜੇ ਜੈਂਡਰ ਦਾ ਹੈ ਉਹਨੇ ਇਹ ਚੰਗੇ ਗੁਣਾਂ ਨੂੰ ਕੰਸੀਵ ਕਰਨਾ, ਮੀਨਸ ਆਈਡੀਅਲਿਜ਼ਮ ਨੂੰ, ਹਿਊਮੈਨਿਟੀ ਨੂੰ, ਇੱਕ ਬੜੇ ਸਾਰੇ ਮੋਰੈਲਿਟੀ ਕਹਿ ਲਓ, ਜੋ ਮਰਜ਼ੀ ਹੈ ਨਾ, ਐਥੀਕਲ ਕਹਿ ਲਓ, ਇਨਸਾਨੀਅਤ ਭਰਪੂਰ ਗੁਣ ਕਹਿ ਲਓ, ਅਸੀਂ ਕਈ ਵਾਰ ਉਹਨੂੰ ਗੋਡ ਲਾਈਕ ਕੁਆਲਿਟੀ ਰੱਬੀ ਗੁਣ ਕਹਿ ਲਓ, ਚੰਗਾ। ਲੇਕਿਨ ਜੇ ਇੱਕ ਜਿਹੜੀ ਸਰੀਰਕ ਤੌਰ ਤੇ ਇੱਕ ਮਾਂ ਹੈ, ਉਹ ਸਪਿਰਚੁਅਲ ਬੇਬੀ ਜੰਮਣ ਵਾਸਤੇ ਨਾ, ਪਹਿਲਾਂ ਮਾਂ ਦਾ ਨਾ ਜਿਹੜਾ ਵੁੰਬ ਹੈ ਨਾ, ਆਪਣਾ ਵੁੰਬ, ਉਸ ਵੁੰਬ ਅੰਦਰ ਵੀ ਕੁਛ ਤੁਸੀਂ ਮੈਡੀਕਲ ਟਰਮਸ ਵਿੱਚ ਕਹਿ ਲਓ ਕਿ ਹਾਰਮੋਨਸ ਜਾਂ ਕੈਮੀਕਲਸ ਸਾਰੇ ਪ੍ਰੋਡਿਊਸ ਹੁੰਦੇ ਨੇ, ਹਾਂਜੀ ਹੁੰਦੇ ਨੇ। ਯੈਸ, ਇਹ ਸਾਰੇ ਥੋਟ ਪ੍ਰੋਸੈਸ ਦੇ ਨਾਲ ਲਿੰਕ ਨੇ। ਸਾਡੇ ਇੱਕ ਸੈਮੀਨਾਰ ਵਿੱਚ ਕੀਤਾ ਸੀ ਡਿਵਾਈਨ ਮਕੈਨਿਜ਼ਮ ਆਫ ਹਿਊਮਨ ਬੋਡੀ, ਮਨੁੱਖ ਦੀ ਰੂਹਾਨੀ ਕਾਰਡ, ਉਹਦੇ ਵਿੱਚ ਅਸੀਂ ਸਮਝਿਆ ਸੀ ਕਿ ਕਿਸ ਤਰ੍ਹਾਂ ਇੱਥੋਂ ਕੈਮੀਕਲਸ ਪ੍ਰੋਡਿਊਸ ਹੋ ਸਕਦੇ ਨੇ ਤਾਂ ਕਿ ਸਾਡੇ ਕੋਲ ਚੰਗੇ ਗੁਣ ਹੀ ਪ੍ਰਾਪਤ ਹੋਣ ਤੇ ਚੰਗੇ ਐਕਸ਼ਨਸ ਹੋਣ। ਇਹਦਾ ਮਤਲਬ ਮਦਰ ਨੂੰ ਪਹਿਲਾਂ ਸਾਰੀ ਦੁਨੀਆ ਵਿਚਕਾਰ ਇਹ ਅਸੀਂ ਮਸ਼ਹੂਰ ਕਰਨਾ ਹੈ ਕਿ ਉਹਦਾ ਵੁੰਬ ਜਿਹੜਾ ਹੈ ਨਾ, ਇਹ ਡਿਵਾਈਨ ਹੈ, ਇਹ ਡਿਵਾਈਨ ਕ੍ਰੀਏਸ਼ਨ ਵਾਸਤੇ ਸੋਰਸ ਹੈ, ਇਹ ਰੀਕ੍ਰੀਏਸ਼ਨ ਵਾਸਤੇ ਨਹੀਂ ਹੈ, ਰਾਈਟ। ਹੁਣ ਇਹਦੇ ਅੰਦਰ ਪਿਤਾ ਦੀ ਬੂੰਦ ਪਾਣੀ ਹੈ, ਪਿਤਾ ਦੀ ਬੂੰਦ ਇਜ਼ ਇਕੁਅਲ ਟੂ ਗੋਡ, ਰਾਈਟ। ਸੋ ਇਹ ਜਿਹੜਾ
कॉम्बीनेशन है ना दोवां दा, इस कॉम्बीनेशन दे बारे मदर नूं हर वेले सोचना चाहिए, फादर नूं हर वेले सोचना चाहिए। इट इज नॉट द पार्ट ऑफ लस्ट, इट इज द पार्ट ऑफ डिवाइन क्रिएशन, प्रोक्रिएशन। सो मैं डिवाइन क्रिएशन नूं तां कह रहा कि दोनों नूं आपस विच मिलन वास्ते कितने महीनिया कितने सोच नूं इकट्ठा कर करके माहौल बनाना है ना। बड़ा कैची लफज पकड़ लिया कि साड़ी शादी है, हनीमून ते जा रहा है, इस तरह जो बेबी कंसीव हो जाएगा नो, वो बिल्कुल बिल्कुल उपर उपर लैवल ते ही रह गया है ना। या साड़ी शादी हुई है तो सानू बेबी प्रोड्यूस करना है, नहीं। सो मदर बहुत वड्डा एक रोल प्ले कर सकती है कि वह घर का माहौल इंज बनाए, हसबेंड ऐसा माहौल क्रिएट कर। ये की होएगा, एक तो शराब नशे और दुनियावी सारियाँ ग्लैमरस चीज़ा तो छुट्टन गए और बोथ लुकिंग इन वन डायरेक्शन वाली गेम पे शुरू होंगे। पर जो दोवें ही शराब पींदे होन, दोवें ही डांस करते हो, इस किस्म दियाँ गेमां च जो पे हो, तो फिर वो वाला बेबी प्रोड्यूस नहीं कर सकते जो तुसी क्वेश्चन पूछे है। सो इसी दुनिया की बेस के अंदर अपना एक माहौल क्रिएट कर।